325 अंग 160 शंका श्री सहज पाठ साहब जी दे भोग बाद पंज पौड़ियां अते श्लोक पढ़ने करके की पाठ आरंभ हो जांदा है। उत्तर, जितना चिर आरंभ दी अरदास नहीं हुंदी उतना चिर पाठ आरंभ नहीं हुंदा जी। जे सहज पाठ मगरों होर पाठ आरंभ करना होवे ता पहले पाठ दे भोग दी अरदास विच ही अगला पाठ आरंभ कीता जांदा है। भोग दे हुक्मनामे तों बाद अगले पाठ दे आरंभ दियां पंज पौड़ियां पढ़न तों होर प्रेमी देख वरतावे पाठ चलदा रहे। जे होर सहज पाठ ना आरंभ करना होवे तां भोग तों मगरों पंज पौड़ियां तों बाद चार पत्र रद के पूरे अखर देख के ही श्लोक को पढ़ना, जवानी नहीं पढ़ना। नंबर 160 पूरा दोवें हथ जोड़ के अत्यंत निम्रता सहज प्रेम बेनती है कि सतगुरु नानक देव साहब जी दे प्रेमी जनों, जे कराओ जी श्री सहज पाठ साहब जी कराओ तां गुरमुख प्यारे पाठी सिंह जी नाल टाइम पक्का करो। स्नान करके वारो वारी सारा परिवार चौर करे। परम पुनी परम पितामह रूप श्री गुरबाणी जी सुनो, चंगी तरह निगरानी नाल अंग लिखते रहो। सहज पाठ दे दिनां दा हिसाब ला के अंगां दी लिस्ट बनाई जावे। जेकर पूरे प्यार सत्कार नाल सिद्धि नाल पाठ होवे ता खुला टाइम लगेगा, भावे 100 घंटा लग जावे। जे टाइम घट लगे ता 48 घंटे ता पाठ करन नूं जरूर ही लगने चाहीदे हन। आद बाणी दे पहले दूजे भागां तों श्री सहज पाठ भी कर सकीदा है। आरंभ ते संपूर्णता दी अरदास समय दोवें भाग रेल ते इकट्ठे सजाउणे। आरंभ समय पहले भाग तों श्री मुखवाक लै के आरंभ करो जी। संपूर्णता ते दूजे भाग तों भोग पाउणा जी, एक भाग प्रकाश करना ते दूजे नाल रखना। ਵਾਹਿਗੁਰੂ ਗੁਰਤਾ ਗੱਦੀ ਵਿਰਾਜਮਾਨ ਕਲਯੁਗ ਜਹਾਜ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਾਣ ਸਮੇਂ ਪੰਜ ਸ਼ਨਾਨਾ ਕਰਨ ਤੋਂ ਬਾਅਦ ਜਿੱਥੇ ਜੋੜੇ ਜਾਂਦੇ ਹੋਣ ਉੱਥੇ ਨੰਗੇ ਚਰਨੀ ਤੁਰ ਕੇ ਨਹੀਂ ਜਾਣਾ ਚਾਹੀਦਾ ਅਤੇ ਚੱਪਲ ਜੋੜਾ ਆਦਿ ਪਾ ਕੇ ਵੀ ਨਹੀਂ ਜਾਣਾ। ਖੜਾਵਾਂ ਪਾ ਕੇ ਜਾਓ। ਰੌਲ ਬਦਲਣ ਸਮੇਂ ਰੌਲ ਲਾਉਣ ਵਾਲਾ ਪ੍ਰੇਮੀ ਤੁਕ ਦੇ ਹੇਠਾਂ ਰੁਮਾਲਾ ਰੱਖ ਕੇ ਬੋਲੇ, ਬੈਠਣ ਵਾਲਾ ਤੁਕ ਬੋਲ ਕੇ ਪਾਠ ਕਰਨ ਲੱਗੇ। ਅੰਗ 326 ਪਾਠੀ ਸਿੰਘ ਜੀ ਦਾ ਮਾਇਆ ਕਰਕੇ ਆਦਰ ਵੀ ਪੂਰਾ ਕਰਨਾ ਚਾਹੀਦਾ ਹੈ। ਸ਼ੁੱਧ ਪਾਠੀ ਹੋਵੇ ਜੀ। ਵੱਡੇ ਵੱਡੇ ਕੇਂਦਰਾਂ ਤੇ ਸ੍ਰੀ ਸਹਿਜ ਪਾਠ ਕੀਤੇ ਜਾਣ। ਆਰੰਭ ਅਤੇ ਭੋਗ ਦੀਆਂ ਤਰੀਕਾਂ ਪੱਕੀਆਂ ਹੋਣ, ਉਹਨਾਂ ਅਨੁਸਾਰ ਪਾਠ ਹੁੰਦੇ ਰਹਿਣ। 15 ਦਿਨ ਜਾਂ 1 ਮਹੀਨੇ ਮਗਰੋਂ ਭੋਗ ਪੈਂਦੇ ਰਹਿਣ। ਜਿਹੜੇ ਪ੍ਰੇਮੀਆਂ ਨੇ ਸੰਪੂਰਨ ਪਾਠ ਸੁਣਨਾ ਹੋਵੇ ਉਹਨਾਂ ਦੇ ਰਹਿਣ ਲੰਗਰ ਦਾ ਪ੍ਰਬੰਧ ਵੀ ਹੋਵੇ, ਜਿਸ ਕਰਕੇ ਉੱਥੇ ਰਹਿ ਕੇ ਸਾਰਾ ਪਾਠ ਸੁਣ ਕੇ ਲਾਹਾ ਲੈਣ ਜੀ। ਜਿਵੇਂ ਪ੍ਰੇਮੀ ਜਨ ਫਲ ਦੀ ਪ੍ਰਾਪਤੀ ਲਈ ਸ੍ਰੀ ਹਜ਼ੂਰ ਸਾਹਿਬ ਜੀ ਤੀਰਥਾਂ ਤੇ ਜਾਂਦੇ ਹਨ, ਜਿਵੇਂ ਮਰਨ ਮਗਰੋਂ ਪਾਠ ਕੀਤਾ ਜਾਂਦਾ ਹੈ ਤਿਵੇਂ ਜਿਉਂਦੇ ਨੂੰ ਸੰਪੂਰਨ ਸ੍ਰੀ ਸਹਿਜ ਪਾਠ ਸੁਣਨਾ ਚਾਹੀਦਾ ਹੈ ਜੀ। ਪਾਠ ਸੁਣਨ ਵਾਲੇ ਪ੍ਰੇਮੀ ਆਪੋ ਆਪਣੀਆਂ ਪੋਥੀਆਂ ਪ੍ਰਕਾਸ਼ ਕਰਕੇ ਸੁਣਨ ਤਾਂ ਵਿਸ਼ੇਸ਼ ਹੀ ਲਾਹਾ ਹੋਵੇ ਜੀ। ਜੇ ਮਿਲ ਕੇ ਕਰਨਾ ਹੋਵੇ ਤਾਂ ਆਪੋ ਆਪਣੀ ਪੋਥੀ ਤੋਂ ਨੰਬਰ ਵਾਰ 1-1 ਗੁਰਸ਼ਬਦ ਜਾਂ ਅੰਗ ਪੜ੍ਹੀ ਜਾਣ। ਇਉਂ ਮਿਲਤ ਵਿੱਚ ਪਾਠ ਕਰਨ ਨਾਲ ਪਾਠ ਦੀ ਸ਼ੁੱਧੀ ਅਤੇ ਵਿਸ਼ੇਸ਼ ਇਕਾਗਰਤਾ ਬਣੇ। ਖਾਸ ਨਿਮਰਤਾ ਸਹਿਤ ਪ੍ਰੇਮ ਬੇਨਤੀ ਹੈ ਜੀ ਕਿ ਜਿਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਤੇ ਉਤਸ਼ਾਹ ਕਰਦੇ ਹਾਂ, ਇਸੇ ਤਰ੍ਹਾਂ ਸਹਿਜ ਪਾਠ ਸਮੇਂ ਵੀ ਉਤਸ਼ਾਹ ਉਤਨਾ ਹੀ ਕਰਨਾ ਚਾਹੀਦਾ ਹੈ। ਇਸ ਦਾ ਫਲ ਵੀ ਉਤਨਾ ਹੀ ਹੈ ਜੀ। ਇਸ ਤੇ ਵੀ ਖਾਸ ਪ੍ਰੇਮ ਨਾਲ ਸਪੀਕਰ ਚ ਅੰਮ੍ਰਿਤ ਰੂਪ ਪਾਠ ਕੀਤਾ ਜਾਵੇ। ਸਹਿਜ ਪਾਠ ਕਰਾਉਣ ਵਾਲੇ ਪ੍ਰੇਮੀ 1 ਤੋਂ ਵੱਧ ਸ਼ੁੱਧ ਪਾਠੀ ਲਾਉਣ, ਜਿਵੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਤੇ ਲਾਏ ਜਾਂਦੇ ਹਨ। ਇਹ ਆਸ਼ਾ ਰੱਖ ਕੇ ਬਈ ਸਾਰਾ ਪਾਠ ਸਪੀਕਰ ਵਿੱਚ ਬੁਲਾ ਕੇ ਹੀ ਕਰਾਉਣਾ ਹੈ।
ਜਾਂ ਸਾਰਾ ਹੀ ਪਾਠ ਸਪੀਕਰ ਚ ਬੋਲ ਕੇ ਕੀਤਾ ਸੁਣਿਆ ਜਾਵੇ। ਜੇਕਰ ਪਾਠੀ ਥੱਕ ਜਾਵੇ ਤਾਂ ਦਮ ਲੈ ਕੇ ਫਿਰ ਲੱਗ ਜਾਵੇ। ਇਉਂ ਇੱਕ ਪਾਠੀ ਨਾਲ ਵੀ ਸਰ ਸਕਦਾ ਹੈ। ਸਪੀਕਰ ਦੁਆਰਾ ਅੰਮ੍ਰਿਤ ਗੁਰਬਾਣੀ ਜੀ ਦੀ ਮਿੱਠੀ ਅੰਮ੍ਰਿਤ ਭਰੀ ਆਵਾਜ਼ ਸਾਰੇ ਵਾਤਾਵਰਨ ਤੇ ਕੋਟ ਬਣਾ ਜਾਂਦੀ ਹੈ। ਸੂਖਮ ਤੋਂ ਸੂਖਮ ਬੇਅੰਤੀ ਜੂਨਾਂ ਦੇ ਜੀਵ ਅੰਮ੍ਰਿਤ ਸਰੂਪ ਪਾਠ ਸੁਣ ਕੇ ਤ੍ਰਿਪਤ ਹੋ ਕੇ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ। ਨਾਲੇ ਸਾਰਾ ਵਾਤਾਵਰਨ ਹੀ ਪਵਿੱਤਰ ਹੁੰਦਾ ਹੈ। ਜੇਕਰ ਟਕਸਾਲੀ ਸਿਧ ਪਾਠੀ ਮਿਲ ਕੇ ਇੱਕ ਜਾਂ ਦੋ ਜਾਂ ਇਸ ਤੋਂ ਵੀ ਵੱਧ ਸਰੂਪ ਪ੍ਰਕਾਸ਼ ਕਰਨ ਤਾਂ ਨਾਲ ਆਪੋ ਆਪਣੀਆਂ ਪੋਥੀਆਂ ਵੀ ਪ੍ਰਕਾਸ਼ ਕਰਨ। ਇੱਕ ਪਾਠ ਕਰੇ ਦੂਜੇ ਖਿਆਲ ਰੱਖਣ, ਅੱਠਾਂ ਪੈਰਾਂ ਵਿੱਚ ਵੱਧ ਤੋਂ ਵੱਧ ਟਾਈਮ ਲਾਉਣ। ਮਿਲ ਕੇ ਪਾਠ ਕਰਨ ਦਾ ਬਹੁਤ ਬਹੁਤ ਫਾਇਦਾ ਹੈ ਜੀ। ਆਪੋ ਆਪਣੀ ਵਾਰੀ ਅਨੁਸਾਰ ਸ਼ੁੱਧ ਬੋਲ ਬੋਲ ਕੇ ਪਾਠ ਕਰਨ, ਜਿਸ ਕਰਕੇ ਪ੍ਰੇਮ ਵੱਧਦਾ ਫੁੱਲਦਾ ਹੈ ਜੀ। ਹਰੇਕ ਦੇ ਉਚਾਰਨ ਅਤੇ ਪ੍ਰੇਸ ਦੀਆਂ ਗਲਤੀਆਂ ਵੀ ਦੂਰ ਹੁੰਦੀਆਂ ਹਨ। ਜਦ ਥੱਕ ਜਾਣ ਤਾਂ ਆਰਾਮ ਕਰ ਲੈਣ, ਫੇਰ ਪਾਠ ਕਰਨ ਲੱਗ ਜਾਣ। 327 ਪਾਠੀ ਜਨ ਮੁਕਤਾ ਸਿਆਰੀ ਅੰਕੁੜ ਪੂਰੀਆਂ ਲਗਾਂ ਲਾ ਲਾ ਕੇ ਸ਼ੁੱਧ ਬੋਲ ਬੋਲ ਕੇ ਪੂਰਨ ਸਿੱਧੀ ਦਾ ਅਭਿਆਸ ਕਰਨ ਤਾਂ ਬਹੁਤ ਬਹੁਤ ਹੀ ਲਾਹਾ ਹੋਵੇ ਜੀ। ਪਾਠ ਕਰਾਉਣ ਵਾਲੇ ਵੱਧ ਤੋਂ ਵੱਧ ਮੈਂਬਰ ਇਸ਼ਨਾਨ ਕਰਕੇ ਪੋਥੀਆਂ ਪ੍ਰਕਾਸ਼ ਕਰਨ, ਨਹੀਂ ਨਹੀਂ ਤਾਂ ਇੱਕ ਜਾਣਾ ਤਾਂ ਜ਼ਰੂਰ ਹੀ ਪ੍ਰਕਾਸ਼ ਕਰੇ ਜੀ। ਬਖਤੇ ਦਾ ਪ੍ਰੇਮ ਦੇਖ ਕੇ ਸਰੋਤੇ ਦਾ ਪ੍ਰੇਮ ਵੱਧਦਾ ਹੈ। ਸਰੋਤੇ ਦਾ ਪ੍ਰੇਮ ਦੇਖ ਕੇ ਬਖਤੇ ਦਾ ਪ੍ਰੇਮ ਵੱਧਦਾ ਹੈ। ਸਹਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋੜਾਂ ਬਰੋਨਾ ਦੇ ਮਾਲਕ ਹਨ। ਸੱਚੇ ਸਤਿਗੁਰਾਂ ਜੀ ਦਾ ਬਖਸ਼ਿਆ ਨਾਮ ਸਾਰੇ ਜਗਤ ਨੂੰ ਉਧਾਰਨ ਵਾਲਾ ਹੈ ਜੀ। ਯਥਾ ਜਾਗਤ ਉਧਾਰਨ ਨਾਮ ਪ੍ਰਿਯ ਤੇਰੈ, ਤੇਰਾ ਏਕੋ ਨਾਮ ਤਾਰੇ ਸੰਸਾਰੂ, ਮੈਂ ਇਹਾ ਆਸ ਇਹੋ ਆਧਾਰੂ। ਸ੍ਰੀ ਦਮਦਮੇ ਟਕਸਾਲ ਚ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਜੀ ਦੇ ਕਈ ਪ੍ਰੇਮੀ ਵਿਦਿਆਰਥੀ ਹਮੇਸ਼ਾ ਲਈ ਸਹਿਜ ਪਾਠ ਆਰੰਭ ਰੱਖਦੇ। ਦੋ ਰੱਖਣ ਦਾ ਇਹ ਫਾਇਦਾ ਹੈ ਕਿ ਜੇ ਇੱਕ ਪਾਠ ਅੱਜ ਸੰਪੂਰਨ ਹੋ ਜਾਵੇ ਤਾਂ ਉਸਦਾ ਭੋਗ ਕੱਲ ਨੂੰ ਦੀਵਾਨ ਵਿੱਚ ਪਾਉਣਾ ਹੈ। ਅੱਜ ਇੱਕ ਪਾਠ ਪੂਰਾ ਕਰਨ ਤੋਂ ਬਾਅਦ ਉਸੇ ਟਾਈਮ ਦੂਜੇ ਪਾਠ ਨੂੰ ਕਰਨ ਲੱਗ ਜਾਂਦੇ। ਇਉਂ ਵਿੱਚੋਂ ਟਾਈਮ ਵਿਹਲਾ ਨਾ ਜਾਂਦਾ। ਇੱਕ ਪਾਠ ਦੇ ਭੋਗ ਅਤੇ ਦੂਜੇ ਪਾਠ ਦੇ ਆਰੰਭ ਦੀ ਅਰਦਾਸ ਕਰ ਦਿੰਦੇ। ਇੱਕ ਪੜਾਅ ਤੇ ਆਰੰਭ ਅਤੇ ਦੂਜੇ ਪੜਾਅ ਤੇ ਭੋਗ ਪਾ ਦਿੰਦੇ। ਇਉਂ ਇੱਕ ਦੇਸ਼ ਵਿੱਚ ਆਰੰਭ ਕਰਕੇ ਦੂਜੇ ਦੇਸ਼ ਵਿੱਚ ਭੋਗ ਪਾਇਆ ਜਾ ਸਕਦਾ ਹੈ। ਇਉਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਖੂਬ ਬੰਦਗੀ ਕਰਕੇ ਜ਼ਿੰਦਗੀ ਦਾ ਵਿਸ਼ੇਸ਼ ਹੀ ਲਾਹਾ ਲੈਣਾ ਚਾਹੀਦਾ ਹੈ ਜੀ। ਹਮੇਸ਼ਾ ਹੀ ਸਹਿਜ ਪਾਠਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਜੀ। ਸੰਤਾਂ ਮਹਾਂਪੁਰਸ਼ਾਂ ਦਾ ਵਚਨ ਮੰਨ ਕੇ ਮਾਈ ਗੁਰਦੀਪ ਕੌਰ ਜੀ ਸਿਰਾਲੀ ਵਾਲਿਆਂ ਨੇ 101 ਸਹਿਜ ਪਾਠ ਆਪ ਕੀਤੇ ਸਨ ਜੀ। ਅੰਗ 327 ਨੰਬਰ 161 ਮ੍ਰਿਤਕ ਨਿਮਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੁਮਰਜਾਦਾ ਵਾਹਿਗੁਰੂ। ਬੀਮਾਰ ਦੀ ਚੜਾਈ ਦਾ ਸਮਾਂ ਨੇੜੇ ਜਾਣ ਕੇ ਘਰ ਦੀ ਖੂਬ ਸਫਾਈ ਕਰਕੇ ਰੱਖੋ। ਚੜਾਈ ਕਰਨ ਤੋਂ ਤੁਰੰਤ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦੇਵੋ। ਜਿਸ ਘਰੇ ਪਰਮ ਪੂਜਨੀਕ ਸੱਚੇ ਸਤਿਗੁਰਾਂ ਜੀ ਦਾ ਪ੍ਰਕਾਸ਼ ਹੋਵੇ ਉੱਥੇ ਰੋਣਾ ਪਿੱਟਣਾ ਮਹਾਂ ਪਾਪ ਹੈ। ਜਿੱਥੇ ਨਾ ਪ੍ਰਕਾਸ਼ ਉੱਥੇ ਵੀ ਰੋਣਾ ਨਹੀਂ। ਪ੍ਰੇਮੀ ਗੁਰਸਿੱਖ ਸਾਵਧਾਨ ਹੋ ਕੇ ਪਹਿਰਾ ਦੇਣ ਤਾਂ ਜੋ ਸੱਚੇ ਸਤਿਗੁਰਾਂ ਜੀ ਦੇ ਪਾਸ ਕੋਈ ਵੀ ਨਾ ਰੋਵੇ। ਗੁਰਪ੍ਰਸਾਦ ਰੋਣੋਂ ਹਟਾਉਣ ਲਈ ਸੱਚੇ ਸਤਿਗੁਰੂ ਸਾਹਿਬਾਨ ਜੀ ਨੇ ਸ੍ਰੀ ਗੁਰਬਾਣੀ ਜੀ ਬਖਸ਼ੇ ਹਨ। ਇਸ ਕਰਕੇ ਮ੍ਰਿਤਕ ਨਿਮਿਤ ਪਾਠ ਸਪੀਕਰ ਚ ਕੀਤਾ ਜਾਵੇ। ਜਿਹੜੇ ਇਹ ਕਹਿੰਦੇ ਹਨ ਕਿ ਜਵਾਨ ਮਰ ਗਿਆ ਸਪੀਕਰ ਨਹੀਂ ਲਾਉਣਾ, ਇਹ ਭਾਰੀ
ਘਾਟੇ ਵਾਲੀ ਗੱਲ ਹੈ। ਫਿਲਮੀ ਗੀਤ ਬੰਦ ਕੀਤੇ ਜਾਣ ਤਾਂ ਠੀਕ ਹੈ, ਸਪੀਕਰ ਤੇ ਉੱਚੀ ਗੁਰਬਾਣੀ ਸੁਣਾਉਣ ਨਾਲ ਬੇਅੰਤ ਹੀ ਜਿਉਨਾ ਦੇ ਜੀ ਸ੍ਰੀ ਗੁਰਬਾਣੀ ਸਾਹਿਬ ਜੀ ਸੁਣ ਕੇ ਤ੍ਰਿਪਤ ਹੁੰਦੇ ਹਨ। ਬਿਮਾਰੀਆਂ ਦੇ ਜਰਾਸੀਮ ਵਿਰੋਧੀ ਅਪਵਿੱਤਰ ਰੂਹਾਂ ਮਰਜਾਂ ਭਰ ਜਾਂਦੀਆਂ ਹਨ। ਯਥਾ ਨਾਮ ਸੁਣਤ ਜਾਮੋ ਦੂਰ ਭਾਗੈ, ਸ੍ਰੀ ਗੁਰਬਾਣੀ ਜੀ ਦੀ ਆਵਾਜ਼ ਸੱਚਖੰਡ ਚ ਪਹੁੰਚਦੀ ਹੈ। ਪਾਠ ਕਰਨ ਕਰਾਉਣ ਵਾਲਿਆਂ ਨੂੰ ਸਪੀਕਰ ਲਾਉਣ ਨਾਲ ਵਧੇਰੇ ਫਲ ਮਿਲਦਾ ਹੈ ਜੀ। 328 ਅੰਗ ਜਿਸ ਪ੍ਰਾਣੀ ਨਿਮਿਤ ਅੰਮ੍ਰਿਤ ਪਾਠ ਕੀਤਾ ਜਾਂਦਾ ਹੈ ਉਸ ਦੀ ਰੂਹ ਦੀ ਕਲਿਆਣ ਵੀ ਹੁੰਦੀ ਹੈ। ਸੋ ਸਪੀਕਰ ਚ ਉੱਚੀ ਗੁਰਬਾਣੀ ਪੜ੍ਹਨ ਦੇ ਕਰੋੜਾਂ ਹੀ ਲਾਹੇ ਹਨ। ਗੁਰਪ੍ਰਸਾਦ ਦੇ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਭਾਵੇਂ ਜਵਾਨ ਹੀ ਚੜ੍ਹਾਈ ਕਰੇ ਤਾਂ ਵੀ 3 ਮੀਲ ਦੀ ਦੇਖ ਕਰੋ ਜੀ। ਜੇ ਕਿਸੇ ਗਰੀਬ ਕੋਲੋਂ ਦੇਖ ਕਰਨ ਦੀ ਪਹੁੰਚ ਨਾ ਹੋਵੇ ਤਾਂ ਗ੍ਰੰਥੀ ਸਿੰਘ ਅਤੇ ਸਤਸੰਗਤ ਜੀ ਮਿਲ ਕੇ ਸੇਵਾ ਕਰਨ। ਸਹਿਜ ਪਾਠ ਦੇ ਮਲ ਤੇ ਦੇਗ ਤੋਂ ਬਿਨਾਂ ਵੀ ਸਰ ਸਕਦਾ ਹੈ। ਸੰਸਕਾਰ ਕਿਰਿਆ ਕਰਨ ਵਾਲੇ ਸਾਰੇ ਇਸ਼ਨਾਨ ਕਰਨ। ਉਹ ਜੀ ਗ੍ਰੰਥੀ ਸਾਹਿਬ ਜੀ ਤਾਂ ਜ਼ਰੂਰੀ ਇਸ਼ਨਾਨ ਕਰਨ। ਪਰਮ ਪੂਜਨੀਕ ਸਤਸੰਗਤ ਜੀ ਦੇ ਸ੍ਰੀ ਗੁਰਦੁਆਰਾ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਦੇਗ ਹਜੂਰੀ ਚ ਲਿਆ ਕੇ ਠੰਡੀ ਕਰਕੇ ਕੋਲ ਸ੍ਰੀ ਗੁਰਬਾਣੀ ਜੀ ਪੜ੍ਹੇ ਜਾਣ। ਦੇਗ ਠੰਡ ਚ ਕੋਸੀ ਰੱਖਣੀ, ਜ਼ਿਆਦਾ ਠੰਡੀ ਨਹੀਂ ਕਰਨੀ, ਚਾਕੇ ਰੱਖਣੀ ਜੀ। ਅੰਗ 578 ਤੋਂ ਰਾਗ ਵਡਹੰਸੋ ਮਹੱਲਾ ਪਹਿਲਾ ਘਾਰੋ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਾਤੇ ਗੁਰ ਪ੍ਰਸਾਦੇ ਤੋਂ ਸ਼ੁਰੂ ਕਰਕੇ 582 ਭੈ ਰੋਵੈ ਗੁਣ ਸਾਰੇ ਸਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੋਗੇ ਜੋਗੇ ਜਾਣ ਸਿੰਜਾਣਾ ਰੋਵਹੇ ਸਾਚੋ ਸਮਾਲੇ ਤੱਕ ਅਲਾਣੀਆਂ ਦੇ ਸੰਪੂਰਨ 5 ਗੁਰ ਸ਼ਬਦ ਪੜ੍ਹ ਕੇ ਇਹ ਗੁਰ ਸ਼ਬਦ ਪੜ੍ਹਨੇ ਦੀਵਾ ਮੇਰਾ ਏਕੋ ਨਾਮ ਅੰਗ 358 ਕਰਮ ਧਰਮ ਪਾਖੰਡ ਜੋ ਦੀਸੇ 747 ਖੁੱਲਿਆ ਕਰਾਂ ਮੂੰਹ ਕਿਰਪਾ ਪਈ ਠਾਕੁਰੋ ਹਜ਼ਾਰਾਂ ਉਪਰੰਤ ਅੰਤਮ ਅਰਦਾਸ ਕਰਕੇ ਹੁਕਮਨਾਮਾ ਲੈਣਾ ਵਰਾਗਮਈ ਪ੍ਰਚਾਰ ਸਿੱਖਿਆ ਸੁਣਾ ਕੇ ਦੇਗ ਵੰਡਣੀ। ਜੇ ਸਾਰਾ ਹੀ ਪਾਠ ਗੁਰਦੁਆਰੇ ਸਾਹਿਬ ਕਰਨਾ ਹੋਵੇ ਤਾਂ ਅੰਤਮ ਅਰਦਾਸ ਵਿੱਚ ਉਸੇ ਦੇਗ ਨਾਲ ਆਰੰਭ ਕੀਤੇ ਜਾਣ। ਸਹਿਜ ਪਾਠ ਦੀਆਂ 5 ਪੌੜੀਆਂ ਪੜ੍ਹ ਕੇ ਦੇਗ ਵਰਤਾਈ ਜਾ ਸਕਦੀ ਹੈ। ਜੇ ਘਰੇ ਆ ਕੇ ਆਰੰਭ ਕਰਨਾ ਹੋਵੇ ਭੋਗ ਲਾਉਣ ਤੋਂ ਪਹਿਲਾਂ ਲੋੜ ਅਨੁਸਾਰ ਦੇ ਗੁਰਦੁਆਰੇ ਰੱਖ ਕੇ ਬਾਕੀ ਘਰੇ ਲਿਆਂਦੀ ਜਾ ਸਕਦੀ ਹੈ। ਵੱਧ ਤੋਂ ਵੱਧ ਅੰਗ ਪੜ੍ਹਨੇ। ਜੇਕਰ ਪਾਠ ਆਰੰਭ ਕੀਤਾ ਜਾਵੇ ਤਾਂ 5 ਪੌੜੀ ਤੋਂ ਮਗਰੋਂ ਸਲੋਕ ਨਹੀਂ ਪੜ੍ਹੀਦਾ, ਪੂਰਾ ਜਪਜੀ ਸਾਹਿਬ ਪੜ੍ਹ ਕੇ ਹੀ ਸਲੋਕ ਪੜ੍ਹੀਦਾ ਹੈ। ਗੁਰਦੁਆਰੇ ਅੰਤਮ ਅਰਦਾਸ ਵਿੱਚ ਪਾਠ ਆਰੰਭ ਕਰਕੇ 5 ਪੌੜੀਆਂ ਪੜ੍ਹਨੀਆਂ, ਘਰੇ ਲਿਜਾ ਕੇ ਕਰੇ ਤਾਂ ਮੂਲ ਮੰਤਰ ਤੋਂ ਆਰੰਭ ਕਰਕੇ ਇਸ ਪਾਠ ਤੇ ਘਰੇ ਦੁਬਾਰਾ ਦੇਗ ਤੋਂ ਬਿਨਾਂ ਵੀ ਸਰ ਸਕਦਾ ਹੈ, ਕਿਉਂ ਜੋ ਪਾਠ ਗੁਰਦੁਆਰੇ ਸਾਹਿਬ ਜੀ ਆਰੰਭ ਹੋ ਚੁੱਕਾ ਹੈ। ਜੇ ਹੋ ਜਾਵੇ ਤਾਂ ਵੀ ਮਨਾਹੀ ਨਹੀਂ, ਘਰੇ ਲਿਜਾ ਕੇ ਕੇਵਲ ਪ੍ਰਕਾਸ਼ ਦੀ ਅਰਦਾਸ ਕਰਨੀ, ਪਾਠ ਆਰੰਭ ਦੀ ਅਰਦਾਸ ਨਹੀਂ ਕਰਨੀ। ਅੰਤਮ ਅਰਦਾਸ ਤੇ ਛੇਤੀ ਪਾਠ ਦੇ ਆਰੰਭ ਕਰਨੇ ਕਰਕੇ ਸਭ ਦੇ ਮਨਾਂ ਦਾ ਸੋਗ ਧੋਤਾ ਜਾਂਦਾ ਹੈ। ਵਾਸਨਾ ਅਨੁਸਾਰ ਜੇਕਰ ਦੇਹ ਧਾਰ ਲਈ ਹੋਵੇ ਤਾਂ ਛੁੱਟ ਜਾਂਦੀ ਹੈ। 8ਵੇਂ ਦਿਨ ਵੀ 1 ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋ ਸਕਦੇ ਹਨ। ਨਿਰਤਕ ਨਿਮਿਤ ਕੇਵਲ ਪਹਿਲੇ ਅਖੰਡ ਪਾਠ ਜਾਂ ਸਹਿਜ ਪਾਠ ਤੇ ਰਾਗ ਮਾਲਾ ਤੋਂ ਮਗਰੋਂ ਜਪਜੀ ਸਾਹਿਬ ਨਹੀਂ ਪੜ੍ਹਨੇ। ਸਾਧੋ
ਬਾਣੀ ਪੜ ਕੇ ਭੋਗ ਪਾਉਣਾ, ਮਗਰੋਂ ਬਰਸੀ ਤੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਓ ਤਾਂ ਸਦ ਬਾਣੀ ਨਹੀਂ ਪੜਨੇ, ਸ੍ਰੀ ਜਪਜੀ ਸਾਹਿਬ ਜੀ ਪੜ ਕੇ ਭੋਗ ਪਾਉਣਾ ਜੀ। ਅੰਗ 329 ਨੰਬਰ 162, ਜਿਸ ਘਰੇ ਚੜ੍ਹਾਈ ਕੀਤੀ ਜਾਵੇ ਉਸ ਘਰੇ ਜੈਸਰੀ ਦੀ ਵਾਰ ਅਤੇ ਸੰਸਕ੍ਰਿਤੀ ਦੇ ਸਲੋਕਾਂ ਦੀ ਅੰਮ੍ਰਿਤ ਕਥਾ ਕਰਨੀ। ਜੇ ਅੰਮ੍ਰਿਤ ਕਥਾ ਦਾ ਪ੍ਰਬੰਧ ਨਾ ਹੋਵੇ ਤਾਂ ਜੈਸਰੀ ਦੀ ਵਾਰ ਅੰਗ 705 ਅਤੇ ਸੰਸਕ੍ਰਿਤੀ ਅੰਗ 1353 ਗੁਰਬਾਣੀ ਪੜ੍ਹ ਸੁਣ ਕਰਕੇ ਬਾਣੀ ਸੱਚਖੰਡ ਨੂੰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਰ ਰੋਜ਼ 5 ਬਾਣੀਆਂ, ਆਸਾ ਜੀ ਦੀ ਵਾਰ ਦਾ ਕੀਰਤਨ, ਸ਼ਾਮ ਨੂੰ ਰਹਿ ਰਾਸਤੇ ਸੋਹਲੇ ਸਾਹਿਬ ਜੀ ਦਾ ਅੰਮ੍ਰਿਤ ਪਾਠ ਕਰਨਾ, ਸੱਚੇ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਿਰਾਜਮਾਨ ਦੀ ਖਾਸ ਡਿਊਟੀ ਲਾਈ ਜਾਵੇ। ਜਿੱਥੇ ਪ੍ਰਾਣੀ ਨੇ ਚੜ੍ਹਾਈ ਕੀਤੀ ਹੋਵੇ ਉਸੇ ਜਗ੍ਹਾ ਪ੍ਰਕਾਸ਼ ਕਰਨ ਦਾ ਵਹਿਮ ਨਹੀਂ ਕਰਨਾ। ਘਰ ਦੀ ਸਭ ਤੋਂ ਸੁੰਦਰ, ਸ਼ਾਨਦਾਰ, ਰੋਸ਼ਨ, ਹਵਾਦਾਰ ਜਗ੍ਹਾ ਪ੍ਰਕਾਸ਼ ਕਰਨੇ ਚਾਹੀਦੇ ਹਨ। ਮਰਗ ਵਾਲੇ ਘਰ ਦੀ ਦੇਖ ਜਾਣ ਕੇ ਪਾਤਕ ਨਹੀਂ ਮੰਨਣਾ, ਸੱਚੇ ਪਾਤਸ਼ਾਹ ਜੀ ਦੀ ਦੇਖ ਜਾਣ ਕੇ ਸ਼ਕੁਨੀ ਜੀ। ਅੰਗ 329 ਨੰਬਰ 162 ਊੜਾ, ਮ੍ਰਿਤਕ ਨਿਮਿਤ ਪਾਠ ਦਾ ਭੋਗ ਸ਼ਾਮ ਨੂੰ ਪਾਉਣ ਦਾ ਰਿਵਾਜ ਹੈ, ਕਿਉਂਕਿ ਪਹਿਲਾਂ ਰਿਸ਼ਤੇਦਾਰ ਦੂਰੋਂ ਦੂਰੋਂ ਤੁਰ ਕੇ ਆਉਂਦੇ ਸਨ, ਅੱਜ ਕੱਲ ਸਵਾਰੀਆਂ ਦਾ ਪ੍ਰਬੰਧ ਹੈ। ਇਸ ਕਰਕੇ ਜੇ ਵੇਲਾ ਵਾਕਰ ਤੋਂ ਵੀ ਚਾਰੀ ਹੈ ਤਾਂ ਕੇਤੋ ਵੇਲਾ ਭਗ ਤੇ ਹੋਏ ਅਨੁਸਾਰ ਜਦੋਂ ਚਾਹੋ ਭੋਗ ਪਾਇਆ ਜਾ ਸਕਦਾ ਹੈ। ਅੰਮ੍ਰਿਤ ਵੇਲੇ ਸੁਨੇਹਾ ਗਰਮੀ ਘੱਟ ਹੁੰਦੀ ਹੈ, ਮਨ ਵੀ ਜ਼ਿਆਦਾ ਟਿਕਦਾ ਹੈ, ਸਮਾਗਮ ਤੋਂ ਬਾਅਦ ਡਿਊਟੀਆਂ ਤੇ ਵੀ ਜਾ ਸਕੀਦਾ ਹੈ। ਵੇਲੇ ਸਿਰ ਰਿਸ਼ਤੇਦਾਰ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਹਨ, ਸੋ ਅੰਮ੍ਰਿਤ ਵੇਲੇ ਸੁਨੇਹਾ ਭੋਗ ਪਾਉਣ ਦੇ ਕਰੋੜਾਂ ਹੀ ਲਾਹੇ ਹਨ। ਸ਼ੂਦਰ 40ਵੇਂ ਦਿਨ, ਵੈ 17ਵੇਂ ਦਿਨ, ਛਤਰੀ 13ਵੇਂ, ਬ੍ਰਾਹਮਣ 12ਵੇਂ ਦਿਨ ਕਲਿਆਣ ਦੀ ਮਰਿਆਦਾ ਕਰਦੇ ਹਨ, ਪਰ ਸਤਿਗੁਰੂ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਸਾਜੇ ਨਿਵਾਜੇ ਗੁਰੂ ਖਾਲਸੇ ਜੀ ਨੂੰ ਸਾਰਿਆਂ ਨਾਲ ਸ਼੍ਰੋਮਣੀ ਬਣਾਉਂਦਿਆਂ ਅੰਮ੍ਰਿਤ ਰੂਪ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਕਰਕੇ ਚੜ੍ਹਾਈ ਵਾਲਾ ਦਿਨ ਵਿੱਚ ਗਿਣ ਕੇ 10ਵੇਂ ਦਿਨ ਭੋਗ ਪਾਉਣ ਦਾ ਹੁਕਮ ਦਿੱਤਾ ਹੈ ਜੀ। ਸਿੰਘਾਂ ਦੀ ਪ੍ਰੇਮ ਨਾਲ ਸੇਵਾ ਕਰਨੀ, ਪ੍ਰਾਣੀ ਦੀ ਕਲਿਆਣ ਹਿੱਤ ਗੁਰੂ ਜੀ ਦਾ ਲੰਗਰ ਵਰਤਾਉਣਾ, ਨੇਕ ਗੁਰ ਸੇਵਕਾਂ ਦੀ ਇੱਛਾ ਅਨੁਸਾਰ ਪਰਮ ਪੂਜਨੀ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਧੰਨ ਦੇਣ ਦੀ ਬਜਾਏ ਧਾਰਮਿਕ ਗ੍ਰੰਥ ਗੁਰਬਾਣੀ ਦੇ ਮਾਟੋ ਪ੍ਰਾਣੀ ਦੇ ਭਲੇ ਲਈ ਦਿੱਤੇ ਜਾਣ। ਪੂਰਾ ਮੰਜਾ ਬੁਣ ਕੇ ਦੇਵੋ, ਮਰੇ ਪਿਛੋਂ ਸੋਨੇ ਦੀ ਬਜਾਏ ਧੀ ਨੂੰ ਪੈਸੇ ਦਿੱਤੇ ਜਾ ਸਕਦੇ ਹਨ। ਬਿਸਤਰਾ, ਬਰਤਨ, ਜੋੜਾ ਆਦਿ ਦੇਣੇ ਜੋੜਾ ਸੱਚੇ ਸਤਿਗੁਰੂ ਸਾਹਿਬ ਦੇ ਸਾਹਮਣੇ ਨਹੀਂ ਰੱਖਣਾ। ਅਤਿ ਜ਼ਰੂਰੀ ਹੈ ਕਿ ਪਾਠੀ ਸ਼ੁੱਧ ਸੰਥਾ ਕਰਕੇ ਪਾਠ ਕਰਨ, ਬਿਨਾਂ ਸੰਥਾ ਦੇ ਸ਼ੁੱਧ ਪਾਠ ਕਰਨਾ ਬੜੀ ਭਾਰੀ ਗਲਤੀ ਹੈ ਜੀ, ਜਿਸ ਕਰਕੇ ਜਨ ਵਿਅਰਥ ਹੀ ਜਾਂਦਾ ਹੈ ਜੀ। ਧਨ ਦੇ ਲੋਭ ਕਰਕੇ, ਸ਼ੁੱਧ ਪਾਠ ਕਰਕੇ ਅਸੀਂ ਆਪਣਾ ਪਾਪਾਂ ਦਾ ਭਾਰ ਵਧਾ ਲੈਂਦੇ ਹਾਂ, ਹੋਰ ਵੀ ਨੇਕਾਂ ਹੀ ਘਾਟੇ ਹਨ। ਇਸ ਕਰਕੇ ਨਿਮਰਤਾ ਨਮਸਕਾਰ ਸਹਿਤ ਪ੍ਰੇਮ ਬੇਨਤੀ ਹੈ ਜੀ ਕਿ ਸੰਥਾ ਦੀ ਸ਼ੁੱਧੀ ਕਰਨੀ ਬਹੁਤ ਹੀ ਜ਼ਰੂਰੀ ਹੈ ਜੀ। ਸੋ ਪਾਠੀ ਸਿੰਘ ਦਾ ਸਤਿਕਾਰ ਕਰਨਾ ਵੀ ਬਹੁਤ ਹੀ ਜ਼ਰੂਰੀ ਹੈ ਜੀ। ਪਾਠ ਕਰਾਉਣ ਵਾਲਾ ਜੇਕਰ ਗਰੀਬ ਹੋਵੇ ਤਾਂ ਪਾਠੀ ਵੀ ਸੰਤੋਖ ਰੱਖਣ ਜੀ। ਸ੍ਰੀ ਸਪਤਾਹਕ ਸਹਿਜ ਪਾਠ ਸਾਹਿਬ ਜੀ, ਅੰਗ 330 ਨੰਬਰ 163, ਸੱਤ ਦਿਨਾਂ ਚ ਭੋਗ ਪਾਉਣਾ, 1430 ਅੰਗ ਵਾਲੇ ਸਰੂਪ ਤੇ 207 ਅੰਗ ਨਿਤ ਕਰਨੇ, ਆਰਾਮ ਕਰਕੇ ਵੀ ਪਾਠ ਹੋ ਸਕਦਾ ਹੈ। ਚਿੱਤ ਟਿਕਾ ਕੇ ਇਕਾਗਰਤਾ ਸਹਿਤ ਬੋਲ ਕੇ ਪਾਠ ਕੀਤਾ ਜਾਵੇ, ਇੱਕ ਤੋਂ ਵੱਧ ਸ਼ੁੱਧ ਪਾਠੀ ਵੀ ਲੱਗ ਸਕਦੇ ਹਨ। ਪਾਠੀ ਨਿਤਨੇਮ ਕਰੇ, ਵੱਧ ਤੋਂ ਵੱਧ ਗੁਰਬਾਣੀ ਪੜ੍ਹੇ, ਇਕਾਂਤ ਰਹੇ, ਘੱਟ ਤੋਂ ਘੱਟ ਬੋਲੇ, ਪੂਰਨ ਰਹਿਤਵਾਨ ਹੋਵੇ, ਉਤਨੇ ਦਿਨ ਸਿੰਘਣੀ ਤੋਂ ਪਰਹੇਜ ਰੱਖੇ, ਸਹਿਜ ਪਾਠ ਅਨੁਸਾਰ ਭੋਗ ਪਾਉਣਾ, ਕਈ ਸ੍ਰੀ ਜਪਜੀ ਸਾਹਿਬ ਜੀ ਦਾ ਅੰਮ੍ਰਿਤ ਰੂਪ ਪਾਠ ਵੀ ਨਾਲ ਰੱਖਦੇ ਹਨ।
ਮਾਧੀ ਦੇ ਕਰਨੀ ਬਹੁਤੇ ਪਾਠੀ ਰਲ ਕੇ ਘੱਟ ਤੋਂ ਘੱਟ ਦਿਨਾਂ ਚ ਸਹਿਜ ਪਾਠ ਦਾ ਭੋਗ ਪਾ ਲੈਂਦੇ ਹਨ। ਸਹਿਜ ਪਾਠ ਦਾ ਭੋਗ 48 ਘੰਟੇ ਤੋਂ ਪਹਿਲਾਂ ਨਹੀਂ ਪਾਉਣਾ ਚਾਹੀਦਾ। ਸੱਚੇ ਸਤਿਗੁਰਾਂ ਜੀ ਦੀ ਮਰਜ਼ਾਦਾ ਹਰ ਤਰ੍ਹਾਂ ਕਰਕੇ ਸੁਖਦਾਇਕ ਹੈ। ਜੇਕਰ ਇੱਕ ਸਰੂਪ ਤੇ ਸਹਿਜ ਪਾਠ ਹੋ ਰਿਹਾ ਹੋਵੇ ਤਾਂ ਉਸੇ ਸਰੂਪ ਦੇ ਖੰਡ ਪਾਠ ਕਰਕੇ ਭੋਗ ਤੋਂ ਬਾਅਦ ਫੇਰ ਸਹਿਜ ਪਾਠ ਸੰਪੂਰਨ ਹੋ ਸਕਦਾ ਹੈ ਜੀ। ਨੰਬਰ 164 ਸ੍ਰੀ ਸੰਪਟ ਪਾਠ ਇਤਿਹਾਸ। ਨਾਨਕ ਬ੍ਰਹਮ ਗਿਆਨੀ ਆਪੇ ਪਰਮੇਸ਼ਰੋ ਪਰਮ ਪੂਜਨੀ ਗੁਰਮੁਖ ਮਹਾਂਪੁਰਸ਼ ਪਿਆਰੇ ਦਇਆ ਸਿੰਘ ਸਾਹਿਬ ਜੀ ਧੰਨ ਹਨ ਜਿਨ੍ਹਾਂ ਨੇ ਸੇਰੋ ਤਾਰੇ ਤਲੀ ਗਲੀ ਮੇਰੀ ਆਓ ਸੇਰੋ ਬੀਜੈ ਕਾਣੇ ਨ ਕੀਜੈ ਅਨੁਸਾਰ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਹਿਲਾਂ ਸੀਸ ਅਰਪਿਆ। ਜਥਾ ਨਾਨਕ ਸੇਵਾ ਕੋ ਸੋਈ ਆਖੀ ਹੈ ਜੋ ਸੇਰੋ ਧਰੇ ਉਤਾਰੇ ਸ੍ਰੀ ਅਨੰਦਗੜ੍ਹ ਸਾਹਿਬ ਜੀ ਦੇ ਕਿਲੇ ਦੇ ਧਰਮ ਜੰਗ ਸ੍ਰੀ ਚਮਕੌਰਗੜੀ ਦੇ ਧਰਮ ਜੰਗ ਸ੍ਰੀ ਮੁਕਤਸਰ ਸਾਹਿਬ ਜੀ ਦੇ ਧਰਮ ਜੰਗ ਚ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦਾ ਪੂਰਾ ਪੂਰਾ ਸਾਥ ਦਿੱਤਾ। ਹੁਕਮ ਮੰਨ ਕੇ ਜਫ਼ਰਨਾਮਾ ਲੈ ਕੇ ਔਰੰਗਾਬਾਦ ਪਹੁੰਚੇ ਜਿਸ ਨੂੰ ਪੜ੍ਹ ਕੇ ਪਾਪੀ ਸੰਤ ਦੁਖੀ ਔਰੰਗਾ ਖਤਮ ਹੋਇਆ। ਸੱਚੇ ਸਤਿਗੁਰਾਂ ਜੀ ਦੇ ਹੁਕਮ ਨੂੰ ਨਿਮਖ ਨਿਮਖ ਸਵਾਸ ਸਵਾਸ ਸਿਰ ਮੱਥੇ ਤੇ ਮੰਨਿਆ। ਜਥਾ ਆਗਿਆ ਮਹਿ ਭੂਖ ਸੋਈ ਕਾਰੇ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਮੂੰਹ ਪਯੋ ਸਾਹਿਬ ਕਾ ਸੋ ਮਾਥੈ ਲੀ ਮਾਨਿਓ। ਅਪਰੋਕਤ ਗੁਣਾ ਵਾਲੇ ਪਿਆਰੇ ਦਇਆ ਸਿੰਘ ਸਾਹਿਬ ਜੀ ਬਾਰੇ ਮੁਕਤ ਮਾਰ ਗ੍ਰੰਥ ਵਿਚ ਬਚਨ ਆਉਂਦੇ ਹਨ ਕਿ ਇਹਨਾਂ ਨੇ ਸੰਪਟ ਪਾਠ ਦੀ ਸੁੰਬਰ ਜ਼ਿਆਦਾ ਸਰਾਧ ਦੇ ਭਲੇ ਲਈ ਤੋਰੀ ਹੈ। ਗੁਰੂ ਸੇਖੋ ਸੇਖੋ ਗੁਰੂ ਹੈ ਏਕੋ ਗੁਰਬ ਦੇ ਸੋ ਚਲਾਏ ਵਾਲੀ ਅਵਸਥਾ ਦੇ ਮਹਾਂਪੁਰਸ਼ ਹੋਣ ਕਾਰਨ ਗੁਰੂ ਪੰਥ ਚ ਸੁੰਬਰ ਜ਼ਿਆਦਾ ਚੱਲੀ। ਬਾਬਾ ਜੀ ਨੇ ਹੁਕਮ ਕੀਤਾ ਹਰੇਕ ਗੁਰ ਸ਼ਬਦ ਤੇ ਸੰਪਟ ਲਾਓ ਜੇਕਰ ਕਠਨ ਕਾਰਜ ਹੋਵੇ ਤਾਂ ਤੁਕਤ ਉੱਤੇ ਵੀ ਸੰਪਟ ਲਾਓ ਜੀ। ਨੰਬਰ 165 ਸੰਪਟ ਪਾਠ ਦਾ ਅਰਥ ਅਤੇ ਕਰਨ ਦੀ ਵਿਧੀ। ਸੰਪਟ ਨਾਮ ਟਕਣ ਦੀ ਕਿਰਿਆ ਹੈ ਜਿਵੇਂ ਪੰਗਤੀ ਦੇ ਆਰੰਭ ਵਿਚ ਵਾਹਿਗੁਰੂ ਫੇਰ ਪੰਗਤੀ ਪੂਰੀ ਹੋਈ ਤੋਂ ਵਾਹਿਗੁਰੂ ਕਹਿਣ ਤੋਂ ਵਾਹਿਗੁਰੂ ਨੇ ਪੰਗਤੀ ਨੂੰ ਢੱਕ ਲਿਆ। ਇਉਂ ਜਿਸ ਅੰਮ੍ਰਿਤ ਪਾਠ ਚ ਪੰਗਤੀ ਪੰਗਤੀ ਜਾਂ ਗੁਰ ਸ਼ਬਦ ਸ਼ਬਦ ਨੂੰ ਵਾਹਿਗੁਰੂ ਮੰਤਰ ਮਹਾਂਮੰਤਰ ਮੂਲ ਮੰਤਰ ਗੁਰਸ਼ਬਦ ਸਲੋਕ ਆਦਿਕਾਂ ਦਾ ਵੱਖ ਵੱਖ ਸੰਪਟ ਲਾ ਕੇ ਭਾਵ ਸੰਪਟ ਪੜ੍ਹ ਕੇ ਸੰਪਟ ਢਕਿਆ ਜਾਵੇ ਉਹ ਸ੍ਰੀ ਸੰਪਟ ਪਾਠ ਸਾਹਿਬ ਜੀ ਹਨ ਜੀ। ਵਾਹਿਗੁਰੂ ਹਰੇਕ ਸੰਪਟ ਨਾਲ ਲਾਉਣਾ। ਬਾਬਾ ਜੀ ਨੇ ਸ੍ਰੀ ਗੁਰਬਾਣੀ ਜੀ ਅਤੇ ਵਾਹਿਗੁਰੂ ਮੰਤਰ ਦਾ ਖੂਬ ਅਭਿਆਸ ਕਰਨ ਕਰਾਉਣ ਦਾ ਸੋਹਣਾ ਢੰਗ ਬਖਸ਼ਿਆ ਹੈ। ਬਹੁਤੇ ਪ੍ਰੇਮੀ ਹਰੇਕ ਪੰਕਤੀ ਜਾਂ ਗੁਰਸਬਦ ਤੇ 5 ਵਾਰ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਸੰਪਟ ਲਾ ਕੇ ਪਾਠ ਕਰਦੇ ਹਨ ਕਿ ਅੰਦਰੋਂ ਜਪਾ ਜਾਂ ਪ੍ਰਗਟ ਹੋ ਜਾਵੇ। ਅੰਗ 331 ਨਿਰਗੁਣ ਸਰਗੁਣ ਜੀ ਦੀ ਏਕਤਾ ਪ੍ਰਾਪਤ ਹੋ ਕੇ ਮਹਾਂਵਿਸ਼ਾਲ ਅਵਸਥਾ ਪ੍ਰਾਪਤ ਹੋਵੇ ਅਤੇ ਹਰ ਵੇਲੇ ਵਾਹਿਗੁਰੂ ਜੀ ਦੇ ਸੁੰਦਰ ਦਰਸ਼ਨ ਹੋਵਣ ਜਿਵੇਂ ਨਾਮ ਦੇਵ ਹਰ ਜੀਉ ਬਸਹਿ ਸਾਂਗੇ। ਹਰੇਕ ਸੰਪਟ ਪਾਠ 5 ਵਾਰ ਵਾਹਿਗੁਰੂ ਅਤੇ ਜਿਹੜਾ ਸੰਪਟ ਲਾਉਣਾ ਹੋਵੇ 5 ਵਾਰ ਲਾ ਕੇ ਆਰੰਭ ਕਰਨਾ। ਜੇਕਰ ਤੁਕ ਤੁਕ ਦੇ ਸੰਪਟ ਲਾਉਣਾ ਹੋਵੇ ਤਾਂ ਤੁਕ ਦੇ ਆਰੰਭ ਤੇ ਲਾ ਕੇ ਜਿੱਥੇ ਹੱਦਾਂ ਆਉਣ ਭਾਵ ਤੁਕ ਦੀ ਸੰਪੂਰਨਤਾ ਹੋਵੇ ਉੱਥੇ 2 ਵਾਰੀ ਲਾਈ ਜਾਣਾ। ਜਿਵੇਂ ਇੱਕ ਓਅੰਕਾਰ ਦੇ ਆਰੰਭ ਤੇ 5 ਵਾਰ ਵਾਹਿਗੁਰੂ ਮੰਤਰ ਸੰਪਟ ਲਾ ਕੇ ਗੁਰਪ੍ਰਸਾਦ ਤੇ ਹੱਦਾਂ ਆਉਂਦੀਆਂ ਹਨ ਇੱਥੇ 2 ਵਾਰ ਲਾਉਣਾ ਭਾਵ ਇੱਕ ਵਾਰ ਪਿਛਲੀ ਤੁਕ ਦੀ ਸੰਪੂਰਨਤਾ ਅਤੇ ਇੱਕ ਅਗਲੀ ਤੁਕ ਦੇ ਆਰੰਭ ਦਾ। ਇਸੇ ਤਰ੍ਹਾਂ ਸਲੋਕ ਮਹੱਲਾ 5 ਛੰਤ ਸਲੋਕ
ਪੌੜੀ, ਰਹਾਓ, ਘਰ ਦੂਜਾ ਆਦਿਕਾਂ ਦੇ ਆਰੰਭ ਅਤੇ ਸੰਪੂਰਤਾ ਤੇ ਵੀ ਦੋ ਦੋ ਵਾਰ ਸੰਭਲ ਲਾਉਣਾ ਜੀ। ਗੁਰਸ਼ਬਦ ਦੀਆਂ ਪੌੜੀਆਂ ਦੀ ਗਿਣਤੀ ਦੇ ਅੰਕਾਂ ਅਤੇ ਗੁਰਸ਼ਬਦਾਂ ਦੀ ਗਿਣਤੀ ਦੇ ਅੰਕਾਂ ਤੋਂ ਮਗਰੋਂ ਵੀ ਲਾਉਣਾ ਜੀ। ਜਿੱਥੇ ਗੁਰਸ਼ਬਦਾਂ ਦੀ ਗਿਣਤੀ ਦੇ ਅਖੀਰ ਤੇ ਗੁਰਮੁਖੀ ਅੱਖਰਾਂ ਵਿੱਚ ਜੋੜ ਅਤੇ ਜੁਮਲਾ ਆਵੇ ਉੱਥੇ ਸੰਭਲ ਲਾਉਣਾ। ਜੇ ਗੁਰਸ਼ਬਦ ਸ਼ਬਦ ਤੇ ਸੰਭਲ ਲਾਉਣਾ ਹੋਵੇ ਤਾਂ ਇੱਕ ਓਅੰਕਾਰ ਦੇ ਆਰੰਭ ਤੇ 5 ਵਾਰ ਵਾਹਿਗੁਰੂ ਵਾਹਿਗੁਰੂ ਤੇ 5 ਵਾਰ ਸੰਭਲ ਲਾ ਕੇ ਮੂਲ ਮੰਤਰ ਦੀ ਸੰਪੂਰਨਤਾ ਤੇ 2 ਵਾਰ ਵਾਹਿਗੁਰੂ 2 ਵਾਰ ਸੰਭਲ ਲਾਉਣਾ। ਅੱਗੇ ਨਾਨਕ ਲਿਖਿਆ ਨਾਲ ਤੇ ਲਾਉਣਾ। ਇਸ ਤਰ੍ਹਾਂ ਅਗਲੀਆਂ ਪੌੜੀਆਂ ਅਤੇ ਸਲੋਕ ਤੇ ਵੀ ਲਾਉਣਾ। ਇਸੇ ਤਰ੍ਹਾਂ ਹਰੇਕ ਸ਼ਬਦ ਦੇ ਆਰੰਭ ਅਤੇ ਸੰਪੂਰਨਤਾ ਤੇ 2-2 ਵਾਰ ਸੰਭਲ ਲਾਈ ਜਾਣਾ। ਗੁਰਸ਼ਬਦਾਂ ਦੀ ਗਿਣਤੀ ਦੇ ਅੰਕਾਂ ਮਗਰੋਂ ਗੁਰਮੁਖੀ ਅੱਖਰਾਂ ਵਿੱਚ ਲਿਖੇ ਜੋੜ ਜਾਂ ਜੁਮਲਾ ਅੱਖਰ ਨੂੰ ਗੁਰਸ਼ਬਦ ਦੀ ਸੰਪੂਰਨਤਾ ਸਮਝਣਾ।